ਅਸਲਾਮ ਅਲੈਕੁਮ ਦੋਸਤੋ, ਸਵਾਗਤ ਹੈ ਤੁਹਾਡਾ ਫਕੀਰੀ ਰੰਗ ਚੈਨਲ ਦੇ ਵਿੱਚ। ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਦੀ ਖਿਦਮਤ ਦੇ ਵਿੱਚ। ਅੱਜ ਦਾ ਇਹ ਵੀਡੀਓ ਬਹੁਤ ਖਾਸ ਹੈ ਸਭ ਦੋਸਤਾਂ ਲਈ। ਉਸ ਗੱਲ ਦਾ ਦੱਸਾਂਗਾ ਪਤਾ, ਉਸ ਵਿਅਕਤੀ ਦਾ ਨਾਮ ਪਤਾ ਕਰਨ ਦਾ ਤਰੀਕਾ, ਜਿਹੜਾ ਵਿਅਕਤੀ ਤੁਹਾਡੇ ਕੰਮਾਂ ਨੂੰ ਖਰਾਬ ਕਰਦਾ, ਜਿਹੜਾ ਵਿਅਕਤੀ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟ ਪਾਉਂਦਾ। ਕਈ ਵਾਰੀ ਆਪਾਂ ਵਹਿਮ ਭਰਮ ਦੇ ਵਿੱਚ ਫਸ ਕੇ ਬਹੁਤ ਕੁਛ ਆਪੇ ਖਰਾਬ ਕਰ ਲੈਂਦੇ ਹਾਂ। ਅੱਜ ਇਹ ਸਾਰਾ ਗੱਲ ਸਾਫ਼ ਅਤੇ ਕਲੀਅਰ ਹੋ ਜਾਵੇਗਾ। ਕਹਿੰਦੇ ਕਿ ਇੱਕ ਵਿਅਕਤੀ ਬਹੁਤ ਪਰੇਸ਼ਾਨ ਰਹਿੰਦਾ, ਦੁਖੀ ਰਹਿੰਦਾ, ਘਰ ਦੀ ਤੰਗੀ ਤੋਂ, ਪੈਸੇ ਤੋਂ, ਸਿਹਤ ਤੋਂ, ਕੰਮ ਨਹੀਂ ਕਰਦਾ, ਸਾਰਾ ਦਿਨ ਬੈਠਾ ਰਹਿੰਦਾ, ਸੋਚਦਾ ਰਹਿੰਦਾ ਅਤੇ ਕਿਸੇ ਪਾਸੇ ਨਹੀਂ ਜਾਂਦਾ। ਉਸ ਵਿਅਕਤੀ ਨੂੰ ਇੱਕ ਮੁਰਸ਼ਦ ਮਿਲਿਆ। ਉਸ ਵਿਅਕਤੀ ਨੇ ਜਾ ਕੇ ਉਸ ਮੁਰਸ਼ਦ ਦੇ ਅੱਗੇ ਅਰਜ਼ ਕੀਤੀ ਕਿ ਇੰਨੀ ਦੁਨੀਆ, ਇੰਨੇ ਲੋਕ ਤੁਹਾਡੇ ਅੱਗੇ ਬੇਨਤੀ, ਅਰਦਾਸ, ਦੁਆ ਕਰਦੇ ਨੇ, ਉਹਨਾਂ ਦੀ ਸਭ ਦੀ ਸੁਣਦੀ ਹੋ, ਮੇਰੀ ਵੀ ਇੱਕ ਸੁਣ ਲਓ। ਅਤੇ ਮੁਰਸ਼ਦ ਪਾਕ ਬੋਲੇ, ਦੱਸ ਬੇਟਾ। ਕਹਿੰਦੇ ਕਿ ਮੇਰਾ ਕੋਈ ਕੰਮ ਨਹੀਂ ਬਣਦਾ, ਮੈਨੂੰ ਬਹੁਤ ਦੁੱਖ ਤਕਲੀਫ ਨੇ, ਘਰ ਦੇ ਵਿੱਚ ਵੀ ਤੰਗੀ ਹੈ, ਮੈਂ ਕਰਾਂ ਤੇ ਕੀ ਕਰਾਂ, ਮੈਨੂੰ ਕੁਝ ਨਹੀਂ ਸਮਝ ਆਉਂਦਾ, ਮੈਂ ਸਾਰਾ ਦਿਨ ਇਸੇ ਚੱਕਰ ਦੇ ਵਿੱਚ ਰਹਿੰਦਾ। ਤੇ ਉਹ ਮੁਰਸ਼ਦ ਦੀ ਹੱਸ ਪਏ, ਕਹਿੰਦੇ ਅੱਜ ਤੈਨੂੰ ਉਹ ਪਤਾ ਦੇ ਦੇਵਾਂਗੇ ਕਿ ਜਿਹੜਾ ਤੇਰਾ ਕੰਮ ਖਰਾਬ ਕਰਦਾ। ਕਹਿੰਦੇ ਜੀ ਦੱਸੋ। ਉਹਨਾਂ ਨੇ ਕਹਿੰਦੇ ਕਿ ਤੈਨੂੰ ਰੁਕਾ ਦੇਵਾਂਗੇ, ਇੱਕ ਲਿਖ ਕੇ ਦੇਵਾਂਗੇ ਥਾਂ, ਉਸ ਥਾਂ ਤੇ ਇੱਕ ਦਿਨ ਦੱਸਾਂਗੇ, ਦੱਸੇ ਹੋਏ ਦਿਨ ਦੇ ਹਿਸਾਬ ਦੇ ਨਾਲ ਪਹੁੰਚ ਜਾਵੀ। ਪਹੁੰਚ ਕੇ ਉੱਥੇ ਇੱਕ ਕਮਰਾ ਆਵੇਗਾ, ਕਮਰੇ ਦੇ ਵਿੱਚ ਜਦ ਤੂੰ ਜਾਵੇਂਗਾ ਤਾਂ ਤੈਨੂੰ ਸਾਰਾ ਸ਼ੀਸ਼ਾ ਕਲੀਅਰ ਹੋ ਜਾਵੇਗਾ। ਉਹ ਕਹਿੰਦਾ ਠੀਕ ਹੈ ਜੀ। ਉਹਨੇ ਦਿਨ ਪਤਾ ਕੀਤਾ, ਉਹ ਪਤਾ ਉਹਨੇ ਦੇਖਿਆ, ਉਹ ਥਾਂ ਦੇਖੀ ਅਤੇ ਉੱਥੇ ਪਹੁੰਚ ਗਿਆ। ਜਦੋਂ ਉੱਥੇ ਪਹੁੰਚਿਆ ਤਾਂ ਉੱਥੇ ਇੱਕ ਬਹੁਤ ਵੱਡੀ ਲਾਈਨ ਲੱਗੀ, ਲਾਈਨ ਦੇ ਵਿੱਚ ਲੱਗ ਗਿਆ। ਉਹਦੀ ਵਾਰੀ ਆਈ, ਜਦੋਂ ਉਹ ਕਮਰੇ ਦੇ ਅੰਦਰ ਗਿਆ ਅਤੇ ਅੰਦਰ ਜਾ ਕੇ ਉਹਨੇ ਦੇਖਿਆ ਕਿ ਸਾਰੇ ਲੋਕ ਜੋ ਅੰਦਰ ਜਾਂਦੇ ਪਿੱਛੇ ਦੀ ਬਾਹਰ ਨਿਕਲੀ ਜਾਂਦੇ, ਬੜੇ ਹੈਰਾਨ ਹੱਸਦੇ ਖੇਲਦੇ ਬਾਹਰ ਨਿਕਲਦੇ, ਜੋ ਹੈਰਾਨ ਸੀ ਉਸ ਕਮਰੇ ਦੇ ਵਿੱਚ। ਅਤੇ ਉਹ ਵਿਅਕਤੀ ਵੀ ਜਦੋਂ ਉਸ ਕਮਰੇ ਦੇ ਵਿੱਚ ਗਿਆ ਤਾਂ ਉੱਥੇ ਇੱਕ ਬਹੁਤ ਵੱਡਾ ਸ਼ੀਸ਼ਾ ਲੱਗਾ, ਉਹ ਸ਼ੀਸ਼ਾ ਲੱਗਾ ਜਿੱਥੇ ਉਸ ਵਿਅਕਤੀ ਦਾ ਮੁਰਸ਼ਦ ਵੀ ਖੜਾ ਸੀ ਜਿਸ ਦੇ ਕੋਲ ਗਿਆ। ਅਤੇ ਉਹ ਕਹਿੰਦਾ ਮੁਰਸ਼ਦ ਪਾਕ ਜੀ ਨੂੰ ਕਿ ਹਾਂਜੀ ਦੱਸੋ। ਕਹਿੰਦੇ ਸ਼ੀਸ਼ੇ ਵਿੱਚ ਦੇਖ। ਜਦ ਉਸਨੇ ਸ਼ੀਸ਼ੇ ਵਿੱਚ ਦੇਖਿਆ, ਕਹਿੰਦਾ ਮੁਰਸ਼ਦ ਸਾਹਿਬ ਇਸ ਦੇ ਵਿੱਚ ਤਾਂ ਸਿਰਫ ਮੈਨੂੰ ਮੇਰਾ ਆਪਣਾ ਹੀ ਨਜ਼ਰ ਆ ਰਿਹਾ, ਮੈਂ ਹੀ ਇਸ ਵਿੱਚ ਦਿਖ ਰਿਹਾ। ਕਹਿੰਦਾ ਜੇ ਤੂੰ ਹੀ ਇਸ ਵਿੱਚ ਦਿਖ ਰਿਹਾ ਤਾਂ ਫਿਰ ਤੂੰ ਹੀ ਆਪਣੇ ਕੰਮਾਂ ਨੂੰ ਰੋਕ ਕੇ ਬੈਠਾ, ਹੋਰ ਕਿਸੇ ਦੀ ਕੋਈ ਤਾਕਤ ਨਹੀਂ ਕਿ ਤੇਰੇ ਕੰਮਾਂ ਨੂੰ ਰੋਕ ਦੇਵੇ। ਤੇਰੇ ਵਿੱਚ ਖੁਦ ਇੰਨੀ ਪਾਵਰ ਹੈ, ਇੰਨੀ ਸ਼ਕਤੀ ਹੈ, ਇੰਨੀਆਂ ਦੇਵ ਸ਼ਕਤੀਆਂ ਹਨ ਕਿ ਤੈਨੂੰ ਕੋਈ ਵੀ ਰੋਕ ਨਹੀਂ ਸਕਦਾ। ਉਸ ਅੱਲਾਹ ਤਾਲਾ ਦੀ, ਉਸ ਮਾਲਕ ਦੀ ਸ਼ਕਤੀ, ਕਰਾਮਾਤਾਂ ਜੋ ਹਨ ਸਭ ਤੇਰੇ ਵਿੱਚ ਹਨ, ਸਿਰਫ ਤੂੰ ਆਪਣੀ ਸੋਚ ਕਰਕੇ ਹੀ ਇੱਥੇ ਬੈਠਾ ਹੈ ਕਿ ਮੇਰਾ ਕੁਝ ਨਹੀਂ ਹੋ ਸਕਦਾ, ਮੇਰਾ ਕੁਝ ਬਣਦਾ ਨਹੀਂ, ਮੇਰੇ ਕੰਮ ਖਰਾਬ ਹੁੰਦੇ ਨੇ, ਮੇਰੇ ਲੋਕ ਕੰਮ ਖਰਾਬ ਕਰਦੇ ਨੇ, ਕਿਸੇ ਕੋਲ ਇੰਨਾ ਟਾਈਮ ਨਹੀਂ ਕਿ ਤੇਰਾ ਕੋਈ ਖਰਾਬ ਕਰ ਦੇਵੇ। ਜੇ ਕੋਈ ਕਰਦਾ ਹੈ ਉਹ ਆਪੇ ਭਰੇਗਾ, ਉਸ ਚੀਜ਼ ਨੂੰ ਸੋਚ ਸੋਚ ਕੇ ਆਪਣੇ ਦਿਮਾਗ ਦੇ ਵਿੱਚ ਕਿਉਂ ਭਰਦਾ, ਮੇਰਾ ਹੀ ਖਰਾਬ ਹੋ ਰਿਹਾ, ਮੇਰਾ ਕੰਮ ਨਹੀਂ ਬਣ ਰਿਹਾ, ਮੇਰੇ ਕੰਮ ਨੇ ਤੰਗੀਆਂ। ਇਹਨਾਂ ਸਾਰੀਆਂ ਗੱਲਾਂ ਨੂੰ ਛੱਡ, ਅੱਜ ਤੋਂ ਬਾਅਦ ਉਸ ਮਾਲਕ 'ਤੇ ਭਰੋਸਾ ਰੱਖ ਕੇ, ਆਪਣੇ ਆਪ 'ਤੇ ਵਿਸ਼ਵਾਸ ਕਰਕੇ ਕੰਮ 'ਤੇ ਚੱਲ, ਉਹਦਾ ਤਾਂ ਸਭ ਹੱਲ ਕਰੇਗਾ। ਅਤੇ ਉਹ ਵਿਅਕਤੀ ਦਿਨਾਂ ਦੇ ਵਿੱਚ ਹੀ ਕਹਿੰਦੇ ਜਿੱਥੇ ਕੁਝ ਵੀ ਨਹੀਂ ਕਰਦਾ ਸੀ ਬਹੁਤ ਉੱਚੇ ਮੁਕਾਮ 'ਤੇ ਗਿਆ। ਸੋ ਸਿਰਫ ਸੋਚ ਹੈ ਦੋਸਤੋ, ਗਲਤ ਸੋਚਾਂਗੇ, ਨੈਗੇਟਿਵ ਸੋਚਾਂਗੇ ਤਾਂ ਨੈਗੇਟਿਵ ਹੋਵੇਗਾ, ਪੋਜ਼ਿਟਿਵ ਸੋਚਾਂਗੇ ਤਾਂ ਪੋਜ਼ਿਟਿਵ ਹੋਵੇਗਾ। ਆਪਣੇ ਫਕੀਰੀ ਰੰਗ ਦਾ ਚੈਨਲ ਦਾ ਮਕਸਦ ਹੈ ਕਿ ਲੋਕਾਂ ਤੱਕ ਸੱਚ ਪਹੁੰਚਾਉਣਾ, ਭੁੱਲਿਆਂ ਨੂੰ ਸਿੱਧੇ ਰਸਤੇ 'ਤੇ ਪਾਉਣਾ, ਕਿਸੇ ਦੇ ਕੋਲ ਜਾ ਕੇ ਪੁੱਛਣ ਪਛਾਉਣ ਦੇ ਵਿੱਚ ਟਾਈਮ ਖਰਾਬ ਨਹੀਂ ਕਰੀਦਾ, ਉਸ ਵਕਤ ਨੂੰ ਸਾਂਭੀਦਾ, ਆਪਣੇ ਆਪ 'ਤੇ ਵਿਸ਼ਵਾਸ ਕਰਕੇ ਅੱਗੇ ਵਧੀ ਤਾਂ ਮਾਲਕ ਜ਼ਰੂਰ ਹੱਲ ਕਰੇਗਾ। ਸੋ ਅੱਜ ਲਈ ਇੰਨਾ ਹੀ, ਜਲਦ ਹਾਜ਼ਰ ਹੋਵਾਂ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਹੱਕ ਮੁਰਸ਼ਦ, ਸੱਚ ਮੁਰਸ਼ਦ।